ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰ ਸਹਿਤ ਆਪ ਜੀ ਨੇ ਸਾਰੇ ਸਕਾਲਰਾਂ ਦਾ ਡਾਕਟਰ ਸੁਧਾਰ ਸਿੰਘ ਹੋਰੀ ਸਰਜੀਤ ਪਾਤਰ ਜੀ ਆਉ ਡਾਕਟਰ ਅਨਰਾਗ ਸਿੰਘ ਜੀ ਗਾਨਿਕਰਾਲ ਸਿੰਘ ਜੀ ਗਰੀਵ ਸਾਹਿਬ ਇਹਨਾਂ ਸਾਰਿਆਂ ਪਾਸੋਂ ਆਪ ਜੀ ਨੇ ਗੁਰਮਤ ਸੰਗੀਤ ਦਾ ਇਹ ਮੈਂ ਬੇਨਤੀ ਕਰਦਿਆਂ ਕਿਉਂਕਿ ਗੁਰਮਤ ਸੰਗੀਤ ਦੇ ਨੇਮ ਜਿਹੜੇ ਨੇ ਕਿਵੇਂ ਸਿੱਖਿਆ ਜਾਂਦਾ ਹੈ ਕਈ ਵਾਰੀ ਬਣ ਚੇ ਗੱਲ ਆਏਗੀ ਕਿ ਸੈਮੀਨਾਰ ਵਿੱਚ ਇਹ ਗੁਰਮਤ ਸੰਗੀਤ ਦਾ ਸੈਮੀਨਾਰ ਹੈ ਇਹਦੇ ਦੋ ਹਿੱਸੇ ਨੇ ਇਹ ਹਿੱਸਾ ਹੈ ਜਿਹੜਾ ਸੰਗੀਤ ਬਾਰੇ ਕਿਹਾ ਗਿਆ ਹੈ ਕੀ ਆ ਜਾ ਰਿਹਾ ਹੈ ਦੂਸਰਾ ਹਿੱਸਾ ਹੈ ਜਿਹੜਾ ਸਿੱਖਣ ਸਿਖਾਉਣ ਦਾ ਉਹ ਕੰਮ ਜਿਹੜੇ ਕਰਨ ਵਾਲੇ ਸਾਡੇ ਉਸਤਾਦ ਨੇ ਜਿਨ੍ਹਾਂ ਨੇ ਉਹ ਕੰਮ ਕੀਤਾ ਵਿਦਿਆਰਥੀਆਂ ਨੂੰ ਸਿੱਖਣ ਸਿਖਾਉਣ ਵਾਸਤੇ ਡਾਕਟਰ ਜਸਵੀਰ ਕੌਰ ਜੀ ਕਿਵੇਂ ਗਾਇਆ ਜਾਂਦਾ ਹੈ ਕਿਵੇਂ ਸਿਖਾਇਆ ਜਾਂਦਾ ਹੈ ਪ੍ਰੋਫੈਸਰ ਗੋਬਿੰਦਰ ਸਿੰਘ ਆਲੰਪੋਰੀ ਸਾਡੇ ਇਸ ਅਕੈਡਮੀ ਦੇ ਪ੍ਰਿੰਸੀਪਲ ਜਤਿੰਦਰਪਾਲ ਸਿੰਘ ਜੀ ਇਹ ਸਾਰੇ ਸਿਖਾਉਣ ਵਾਲੇ ਨੇ ਉਹ ਸਿਖਾਣ ਦਾ ਜਿਹੜਾ ਤੰਗ ਹੈ ਕਿਹੜੀ ਚੀਜ਼ ਪਹਿਲਾਂ ਲੱਗਣੀ ਹੈ ਕਿਹੜੀ ਬਾਅਦ ਵਿੱਚ ਲਈ ਇਹ ਸੰਗੀਤ ਦੇ ਨਿਯਮ ਨੇ ਇਹ ਉਸਤਾਦ ਜਾਣਦੇ ਨੇ ਤੇ ਵਿਦਿਆਰਥੀ ਸਿੱਖਦੇ ਨੇ ਤੇ ਆ ਜਿਹੜਾ ਸੈਮੀਨਾਰ ਦਾ ਇਹ ਸੰਗੀਤ ਬਾਰੇ ਕਿਹਾ ਜਾ ਰਿਹਾ ਕਿ ਵੱਖ-ਵੱਖ ਰੂਪਾਂ ਵਿੱਚ ਸੰਗੀਤ ਚੀਜ਼ ਕੀ ਹੈ ਕਿਉਂਕਿ ਅਸੀਂ ਕਈ ਵਾਰੀ ਬਹੁਤ ਵਾਰੀ ਅਸੀਂ ਇਹ ਗੱਲ ਸੋਚਦੇ ਹਾਂ ਇਹ ਗੱਲ ਅੱਜ ਦੇ ਸਮੇਂ ਵਿੱਚ ਕਰਨੀ ਜ਼ਰੂਰੀ ਹੈ ਕੌਕੀ ਅਸੀਂ ਦੋ ਰਾਲਗੜ ਜਰੂਰ ਕਰਦੇ ਆਂ ਅਸੀਂ ਸ਼ਬਦ ਤੋਂ ਬਿਨੇ ਕਿਉਂਕਿ ਅਸੀਂ ਮਰਿਆਦਾ ਵਿੱਚ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਮਰਿਆਦਾ ਦਿੱਤੀ ਹੈ ਉਸ ਵਿੱਚ ਸ਼ਬਦ ਪ੍ਰਧਾਨ ਸੰਗੀਤ ਦੇ ਉਪਾਸ਼ਕ ਮੈਂ ਅੱਜ ਕੈਨ ਵਿੱਚ ਇੱਥ ਕਥਨੀ ਕੋਕੀ ਸਾਨੂੰ ਜਾਣਕਾਰੀ ਹੋਵੇ ਸਾਡੇ ਇੱਕ ਬਹੁਤ ਵੱਡੇ ਇੱਥੇ ਉਸਤਾਦ ਸਨ ਸਾਰੇ ਜਾਣਦੇ ਉਸਤਾਦ ਜਸਵੰਤ ਭਵਰਾ ਜੀ ਉਹ ਸੰਗੀਤ ਸਿਖਾਉਂਦੇ ਸਨ ਔਰ ਬਹੁਤ ਮਹਾਪੁਰਸ਼ਾਂ ਨੇ ਬਹੁਤ ਵੱਡੀ ਸੇਵਾ ਲਈ ਉਸ ਸੰਗੀਤਕਾਰ ਤੋਂ ਦੋ ਮਹਾਪੁਰਸ਼ਾਂ ਨੇ ਬਾਬਾ ਕੁੰਦਨ ਸਿੰਘ ਜੀ ਨਾਨਸਰ ਵਾਲਿਆਂ ਨੇ ਔਰ ਆਪਣੇ ਮਹਾਪੁਰਸ਼ਾਂ ਨੇ ਬਹੁਤ ਵੱਡਾ ਲਾਭ ਜਦੋਂ ਰਾਗ ਨੇ ਨਾਇਕ ਕਮੇਟੀ ਬਣੀ ਔਰ ਉਹਨਾਂ ਨੇ ਗੁਰੂ ਸਾਹਿਬ ਜੀ ਦੇ 31 ਰਾਗਾਂ ਦੇ ਸਰੂਪ ਨਿਸ਼ਚਿਤ ਕੀਤੇ ਤੇ ਉਸ ਨਿਸ਼ਚਿਤ ਕੀਤੇ ਸਰੂਪਾਂ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਬਹੁਤ ਵੱਡੀ ਸੇਵਾ ਲਈ لیکن ਜਦੋਂ ਉਹ ਸਰੀਰ ਛੱਡਣ ਲੱਗੇ ਤੋਂ ਇਥੋਂ ਚਲੇ ਗਏ ਸਾਂ ਤਾਂ ਮੈਂ ਦੇਖਿਆ ਹੈ ਉਹ ਕਹ ਕਿ ਇਹ ਇੱਕ ਹੋਰ ਪੇੜਾ ਇੱਕ ਸੰਗੀਤ ਦਾ ਉਹ ਵੀ ਪੇੜਾ ਹੈ ਜਿਹੜਾ ਉਹ ਕਹਿੰਦਾ ਹੈ ਵੀ ਤੇਰੇ ਸੰਗੀਤ ਵਿੱਚ ਸਾਰਾ ਇੰਨਾ ਨੱਚੋ ਕਿ ਤੂੰ ਆਪਣੀ ਇਨਸਾਨੀਅਤ ਆਪਣੀ ਮਰਿਆਦਾ ਆਪਣੇ ਨੀਮ ਆਪਣੇ ਸਮਾਜਿਕ ਸਿਸਟਮ ਸਾਰਾ ਭੁਲਾ ਕੇ ਉਹਦੇ ਵਿੱਚ ਮਦ ਹੋਸ਼ ਹੋ ਜਾ ਤੇ ਉਹਨੂੰ ਹੀ ਕੇਵਲ ਤੇ ਕੇਵਲ ਇੱਕ ਕਲਿਆਣ ਦਾ ਮਾਧਿਅਮ ਸਮਝ ਐਸਾ ਨਹੀਂ ਹੁੰਦਾ ਸਤਗੁਰਾਂ ਨੇ ਸ਼ਬਦ ਨੂੰ ਉਸ ਉਡਾਰੀ ਤੱਕ ਕਿਹਾ ਤੋ ਉਹ ਕਹਿਣ ਲੱਗੇ ਜੀ ਭੋਗ ਪੈਣਾ ਉਹ ਇਸ ਕਰਕੇ ਕੋਈ ਥਾਣੀ ਗੱਲ ਜਿਹੜੀ ਆ ਉਹ ਸਮਝ ਜਾਈ ਉਹ ਕਹਿੰਦੇ ਜੀ ਭੋਗ ਪੈਣਾ ਤੋ ਕੁਦਰਤੀ ਸਾਡਾ ਉਹਨਾਂ ਨਾਲ ਪਿਆਰ ਸੀ ਉਹਨਾਂ ਬਹੁਤ ਸ਼ਕੀਤ ਦਾ ਕੰਮ ਕੀਤਾ ਸੀ ਉਹ ਕਹਿੰਦੇ ਕਿ ਬਾਬਾ ਜੀ ਤੁਸੀਂ ਵੀ ਆਏ ਸੀ ਉਥੇ ਗਏ ਮੈਂ ਦੇਖਿਆ ਸ਼ਾਇਦ ਗੁਰੂ ਸਾਹਿਬ ਦਾ ਪ੍ਰਕਾਸ਼ ਹੋਏਗਾ ਔਰ ਕਥਾ ਕੀਤਰ ਹੋਏਗਾ ਚਲੋ ਵਿਚਾਰਾ ਹੋਣ ਗਿਆ ਲੇਕਿਨ ਉਥੇ ਮੇਕਾ 8-10 ਸਾਲ ਆਲਮਪਰੀ ਸਾਹਿਬ ਉਥੇ ਸਾਨੂੰ ਉਥੇ ਸਟੇਜ ਲੱਗੀ ਹੋਈ ਸ਼ਾਇਦ ਕਿਸੇ ਪੈਲਸ ਵਿੱਚ ਔਰ ਉਥੇ ਇੱਕ ਸੰਗੀਤਕਾਰ ਗਾਉਣ ਲੱਗੇ ਤਾਂ ਮੈਂ ਕਿਹਾ ਬਈ ਨਹੀਂ ਤੁਸੀਂ ਗਾਇਓ ਬਾਅਦ ਵਿੱਚ ਪਹਿਲਾਂ ਮੈਨੂੰ ਉਹਨਾਂ ਮੇਰੇ ਵੜਦਿਆਂ-ਵੜਦਿਆਂ ਦੇਖਿਆ ਕਹਿੰਦੇ ਜੀ ਫਲਾਣੇ ਗੀਤਕਾਰ ਕੇ ਗੀਤ ਗਾ ਕੇ ਉਸਤਾਦ ਜੀ ਨੂੰ ਸ਼ਰਧਾਂਜਲੀ ਦੇਣਗੇ ਇਹਨਾਂ ਦੇ ਗੀਤ ਉਸਤਾਦ ਜੀ ਨੂੰ ਆਤਮਿਕ ਆਨੰਦ ਦੇਣਗੇ ਮੈਂ ਕਮਾਲ ਹੋ ਗਈ ਜਿਹੜਾ ਗੀਤਕਾਰ गा ਰਿਹਾ ਉਹਦੇ ਪੈਰ ਨਹੀਂ ਖਲੋਰ ਹੈ ਕਿਉਂਕਿ ਉਹਨੇ ਵੀ ਆਪਣਾ ਮਾਲ ਛਕਿਆ ਛਕਾਇਆ ਮੈਂ ਕਿਹਾ ਜਿਹਦੇ ਆਪਣੇ ਪੈਰ ਨਹੀਂ ਟਿਕਰ ਹੈ ਉਹ ਉਸਤਾਦ ਜੀ ਦੇ ਟਕਾ ਕਿਥੇ ਲਿਆਏਗਾ ਉਥੇ ਕੁਦਰਤੀ ਤੌਰ ਤੇ ਫਿਰ ਮੈਂ ਬੇਨਤੀ ਕੀਤੀ ਮੈਂ ਕਿਹਾ ਔਰਾ ਸਾਹਿਬ ਬਹੁਤ ਕੋ ਕਿ ਉਹਨਾਂ ਨੇ ਕੁਝ ਗੱਲਾਂ ਮਾਹ ਪ੍ਰਸ਼ਾਨਰ ਕੀਤੀਆਂ ਸਾਂ ਮੈਂ ਬੇਨਤੀ ਕੀਤੀ ਇਹ ਔਰਾ ਕਰੋ ਜਿਹੜੀ ਮਰਿਆਦਾ ਕਥਾ ਕੀਰਤਨ ਦੀ ਘਟੋਕਣ ਗੁਰਬਾਣੀ ਕੀਰਤਨ ਦੀ ਉਹ ਜਿਹੜੀ ਪਰੰਪਰਾ ਬਣੀ ਹੈ ਜਿੱਥੇ ਬਾਬੇ ਦੇ ਬੋਲ ਜਾਣੇ ਨੇ ਉੱਥੇ ਸਾਡੇ ਨਹੀਂ ਜਾਣੇ ਸਾਡੇ ਬੋਲਾਂ ਦੀ ਇੱਕ ਸੀਮਾ ਹੈ ਬਾਬੇ ਦੇ ਬੋਲ ਅਸੀਮ ਨੇ ਜਿਹਨੂੰ ਅਸੀਂ ਗੁਰਬਾਣੀ ਕਹਿੰਦੇ ਆ ਤਾਂ ਫਿਰ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਇਥੇ ਸਾਰਿਆਂ ਨੂੰ ਉਹ ਕੀਰਤਨ ਕਰਾਇਆ ਮੈਂ ਕਿਹਾ ਹੁਣ ਤੁਸੀਂ ਸੁਰਾਂ ਉਹ ਹੀ ਲਾਓ ਉਹਨਾਂ ਸੁਰਾਂ ਵਿੱਚ ਬਾਣੀ ਪੁਰੋ ਕੇ ਗਾਓ ਉਹ ਉਹ ਜਿਹੜੀ ਚੀਜ਼ ਹੈ ਉਸ ਨੂੰ ਸ਼ਬਦ ਪ੍ਰધાન ਜਿਹੜਾ ਕੀਰਤਨ ਸੰਗੀਤ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੰਗੀਤ ਮਾੜਾ ਨਹੀਂ ਸੱਤ ਸੁਰਾਂ ਵਿੱਚ ਉਹਨਾਂ ਵਿੱਚ ਕਿਹੜੀ ਚੀਜ਼ ਹੈ ਵੀ ਜਿਹੜੀ ਕੋਈ ਬੰਦੇ ਦੇ ਜੀਵਨ ਨੂੰ ਖਰਾਬ ਕਰਦੀ ਗੱਲ ਹੈ ਵੀ ਉਹਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਤਾਂ ਉਹ ਦਿਸ਼ਾ ਸਾਨੂੰ ਸਤਗੁਰਾਂ ਨੇ ਇਹ ਜਿਹੜੀ ਸੀ ਦਿੱਤੀ ਕੋ ਕਿ ਜਦੋਂ ਆਪਾਂ ਕਹਿੰਦੇ ਆ ਵੀ ਬਾਬੇ ਦੇ ਚਰਨਾਂ ਵਿੱਚ ਹੀ ਗਾਣਾ ਜਦੋਂ ਭਾਈ ਮਰਦਾਨਾ ਸਾਹਿਬ ਨੂੰ ਕਿਹਾ ਤਾਂ ਇਹਦਾ ਮਤਲਬ ਸੰਗੀਤ ਤੋਂ ਪਹਿਲਾਂ ਵੀ ਸੀ ਪਹਿਲਾਂ ਰਾਜੇ ਮਹਾਰਾਜਿਆਂ ਜਾਂ ਉਹਨਾਂ ਦੀਆਂ ਹਰਮਾਂ ਵਿੱਚ ਗਾਇਆ ਜਾਂਦਾ ਔਰ ਉਹਨਾਂ ਨੂੰ ਸਕੂਨ ਦੇਣ ਲਈ ਉਹਨਾਂ ਦੀਆਂ ਪਰਵਿਰਤੀਆਂ ਨੂੰ ਤ੍ਰਿਬਤ ਕਰਨ ਵਾਸਤੇ ਪਰ ਗੁਰੂ ਸਾਹਿਬ ਜੀ ਨੇ ਇਸ ਨੂੰ ਜਿਹੜੀ ਦਿੱਖ ਦਿੱਤੀ ਅਸੀਂ ਉਹ ਉਹਨੂੰ ਕੀਰਤਨ ਕਿਹਾ ਗਿਆ ਤੇ ਜਦੋਂ ਕੋਈ ਵਧੀਆ ਕਿਸੇ ਨੇ ਗਾਣਾ ਦੇਖੋ ਸ਼੍ਰੀ ਜਦੋਂ ਕਿਸੇ ਨੇ ਵਧੀਆ ਗਾਣਾ ਕੀਰਤਨ ਵਿੱਚ ਆ ਬੈਠੇ ਸ ਰਾਜਗਮਨ ਸਿੰਘ ਜੀ ਕੋਈ ਹੱਤ ਕਥਰੇ ਨੇ ਉਹ ਸੰਪਰਦਾ ਨੇ ਬਹੁਤ ਸੰਗੀਤ ਦਾ ਬਹੁਤ ਵੱਡਾ ਖਜ਼ਾਨਾ ਸਾਂਭਿਆ ਔਰ ਬੜਾ ਵੱਡ ਕੰਮ ਕੀ ਅਸੀਂ ਕੁਦਰਤੀ ਤੌਰ ਤੇ ਭਾਈ ਬਲਜੀਤ ਸਿੰਘ ਜੀ ਆਉਂਦੇ ਨੇ ਕੀਰਤਨ ਕਰਦੇ ਨੇ ਬਹੁਤ ਵਧੀਆ ਇਹਨਾਂ ਕੋਲ ਇੱਕ ਹੋਰ ਰਾਗੀ ਨੇ ਭਾਈ ਬਲਵੰਤ ਸਿੰਘ ਜੀ ਔਰ ਬਹੁਤ ਕਰਪਾ ਵਾਲ ਜਿਹਨੂੰ ਕਹਿੰਦੇ ਕਿ ਗੁਰਬਾਣੀ ਕੀਰਤਨ ਦੇਣਾ ਕਿ ਕਿਹੜੀ ਗੱਲ ਕਿੱਥੇ ਸੁਰ ਕਿਹੜਾ ਲਾਣਾ ਕਿਹੜਾ ਹਟਾਣਾ ਬਾ ਖੂਬੀਏ ਆਵਾਜ਼ ਤਰਦੀ ਜਾਂਦੀ ਤੇ ਤਰਦੀ ਥੱਲੇ ਆਉਂਦੀ ਇਹਨੇ ਰਿਆਜ਼ ਤੇ ਇਹਨੇ ਅਭਿਆਸ ਸੋ ਇਸ ਕਰਕੇ ਸਾਨੂੰ ਸਤਗੁਰਾਂ ਨੇ ਉਹ ਜਿਹੜੀ ਪਰੰਪਰਾਵਾਂ ਦਿੱਤੀਆਂ ਤੇ ਜਦੋਂ ਕੋਈ ਐਸਾ ਕਿਸੇ ਨੂੰ ਗਾਉਂਦੇ ਆ ਸੁਣ ਸੁਣਿਆ ਭਾਈ ਮਦਾਨਾ ਸਾਹਿਬ ਜੀ ਨੂੰ ਉਹਨਾਂ ਨੇ ਜਾਂ ਸਤਾ ਬਲਵੰਡ ਜੀ ਨੂੰ ਜਾਂ ਭਾਈ ਬਾਬਕ ਨੂੰ ਜਿਹੜੇ ਵੀ ਉਹਨਾਂ ਨੂੰ ਫਿਰ ਉਹ ਬਾਣੀ ਦੇ ਰੂਪ ਵਿੱਚ ਆਸ਼ੀਸ਼ ਦਿੰਦੇ ਨੇ ਤੇ ਬਾਣੀ ਦਾ ਬਚਨ ਹੈ ਉਹ ਕਹਿੰਦੇ ਨੇ ਵਾਹ ਵਾਹ ਕਿਆ ਖੂਬ ਗਾਉਂਤਾ ਹੈ ਹਰ ਗਾ ਨਾਮ ਮੇਰੇ ਮਨ ਭਾਵਤਾ ਬਾਬੇ ਨੇ ਗਾਉਣ ਨੂੰ ਵੀ ਬੜੀ ਅਸੀਸ ਦਿੱਤੀ ਹੈ ਕਹਿੰਦੇ ਕਮਾਲ ਹੋ ਗਈ ਐਸਾ ਗਾਉਂਦਾ ਹੈ ਵੀ ਇਹਦੀ ਕੋਈ ਮੋਲ ਹੀ ਨਹੀਂ ਤੁਸ ਕਰਕੇ ਗੁਰੂ ਕੇ ਸਵਾਰਿਓ ਅੱਜ ਅਸੀਂ ਜੁੜ ਬੈਠੇ ਹਾਂ ਹੁਣ ਕਿਉਂਕਿ ਇਸ ਸੈਸ਼ਨ ਦੀ ਸਮਾਪਤੀ ਹੋਈ ਔਰ ਸਾਡੇ ਅਤੀ ਸਤਕਾਰਯੋ ਸੰਤ ਬਾਬਾ ਤੇਜਾ ਸਿੰਘ ਖੋਡੇ ਕਰਾਲੇ ਵਾਲੇ ਮਹਾਪੁਰਸ਼ ਉਹਨਾਂ ਨੇ ਪ੍ਰਧਾਨਗੀ ਭਾਸ਼ਣ ਜਿਹੜਾ ਹੁਣ ਆਪ ਜੀ ਨਾਲ ਸਾਂਝਾ ਕਰਨਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਨ ਵਾਸਤੇ ਇਹ ਆਪ ਜੀ ਦੇ ਸਨਮੂਖ ਖੜਾ ਹੋਇਆ ਜਿੰਨੀਆਂ ਵੀ ਡਾਕਟਰ ਸਰਦਿਆਲ ਸਿੰਘ ਹੋਰਾਂ ਨੇ ਡਾਕਟਰ ਪਾਤਰ ਜੀ ਨੇ ਡਾਕਟਰ ਰਾਜ ਸਿੰਘ ਜੀ ਨੇ ਗਰੀਬ ਸਾਹਿਬ ਨੇ ਬਹੁਤ ਸੁੰਦਰ ਬੋਲਾ ਅੱਜ ਨਾ ਸਾਂਝ ਕੀ ਤੈਨੂੰ ਚਰਨਜੀਤ ਸਿੰਘ ਹੋਰੀ ਤਾਂ ਸਟੇਜ ਵੀ ਦੇ ਉਹ ਕਹਿੰਦੇ ਨੇ ਵੀ ਉਹ ਬੱਚੇ ਪੜਦੇ ਹੁੰਦੇ ਨੇ ਤੇ ਜੋ ਨਵੇਂ-ਨਵੇਂ ਤੋਂ ਪੜ ਲਿਆ ਪੜਦੇ ਆ ਕੋਈ ਚੀਜ਼ ਬਣਾ ਕੇ ਮਾਸਟਰ ਦਿੰਦੇ ਨੇ ਕਹਿੰਦੇ ਇਹਦੇ ਚ ਖਾਲੀ ਰੰਗ ਭਰੋ ਇਹ ਭਰਦੇ ਰਹਿੰਦੇ ਨੇ ਵਿੱਚ ਤੋਂ ਬੜਾ ਖੂਬਸੂਰਤ ਇਹਨਾਂ ਨੇ ਉਹ ਸਟੇਜ ਨੂੰ ਚਲਾਇਆ ਨਾ ਧੰਨਵਾਦ ਮੈਂ ਬੇਨਤੀ ਕਰਾਂਗਾ ਸੰਤ ਬਾਬਾ ਤੇਜਾ ਸਿੰਘ ਜੀ ਮਹਾਪੁਰਸ਼ ਆਪ ਜੀ ਨਾਲ ਬਚਨ ਸਾਂਝੇ ਕਰਨਗੇ ਪਿਆਰ ਸਹਿ ਸ੍ਰਵਣ ਕਰੋ ਇਸ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਦਾ ਛਕਣਾ ਹੈ ਫਿਰ ਦੂਸਰੇ ਸੈਸ਼ਨ ਵਿੱਚ ਸਾਡੇ ਅਤੀ ਸਤਿਕਾਰਯੋਗ ਮੈਂ ਬੇਨਤੀ ਕਰਾਂਗਾ ਸਾਰੇ ਪਹਿਲੇ ਸੈਸ਼ਨ ਨਾਲ ਵੀ ਦੂਸਰੇ ਸੈਸ਼ਨ ਨਾਲ ਆਣ ਸੁਣ ਕੇ ਜਾਣਗੇ ਕਿਉਂਕਿ ਸਾਰਿਆਂ ਨੇ ਸੁਣਿਆ ਤੇ ਅਸੀਂ ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਮਾਣ ਪਿਆਰ ਦੇਣਾ ਉਹਨਾਂ ਪਿਆਰ ਨਾਲ ਸੁਣਨਾ ਕਿਉਂਕਿ ਟਾਈਮ ਆਪਣਾ ਹੀ ਹੈ ਜਿੰਨਾ ਚਿਰ ਸੂਰਜ ਨਹੀਂ ਡੁੱਬਦਾ ਤੇ ਗੁਰੂ ਕਿਰਪਾ ਕਰੇ ਦੁਬਾਰ ਲੰਗਰ ਪ੍ਰਸ਼ਾਦਾ ਛੱਕ ਕੇ ਫਿਰ ਆਪਾਂ ਦੁਬਾਰਾ ਜੁੜਨਾ ਮੈਂ ਬੇਨਤੀ ਕਰਾਂਗਾ ਮਹਾਂਪੁਰਸ਼ਾਂ ਨੂੰ ਆਪ ਜੀ ਨਾਲ ਬਚਨ ਸਾਂਝੇ ਕਰਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ